ਤਦੂ ਸੀਮ ਤਲਾ ਕੇ ਬਦਲੇ ਤਾਜ ਔਰੰਗ ਨਾਲੂ ਖਾ ਕੇ ਸ਼ਿਫਾ ਕੇ ਬਦਲੇ ਐ ਮੁਝੇ ਖੁਲਦ ਕੇ ਲਾਲਚ ਮੇ ਲੁਭਾਨੇ ਵਾਲਾ ਅਰੇ ਨਕਦ ਜੰਨਤ ਬਿਨਾ ਲੂ ਕਰਬ ਬਲਾ ਕੇ ਬਦਲੇ। ਅਬ ਜ਼ੇਬੇ ਮਿੰਬਰ ਹੈ ਜ਼ਾਕਿਰ ਬਹਿਰੁਲ ਮਸਾਇਬ ਸ਼ਹਿਨਸ਼ਾਹ ਕਸਾਇਦ ਵਾਜਿਬ ਉਲ ਇਤਰਾਮ ਜਨਾਬ ਕਿਬਲਾ ਸੈਯਦ ਮੁਹੰਮਦ ਹੁਸੈਨ ਸ਼ਾਹ ਆਫ ਬੰਗਲਾ ਯਾਸਮੀਨ ਇਨਕੇ ਫੌਰਨ ਬਾਅਦ ਜ਼ਾਕਿਰ ਅਹਿਲ ਬੈਤ ਬਹਿਰੁਲ ਮਸਾਇਬ ਜਨਾਬ ਸੈਯਦ ਅਲੀ ਰਜ਼ਾ ਸ਼ਾਹ ਆਫ ਬੰਗਲਾ ਯਾਸਮੀਨ بسم اللہ الرحمن الرحیم اللہم کن لولی ذکر الحجت ابن الحسن عسکری علیہ الصلوۃ والسلام صدقہ علیہ وعلا آبائہ فی ہذہ الساعۃ وفی کل ساعۃ ولیم و حافظم و قائدم و ناصرم دلیلم و عینن حتی تسکنہ ارزقہ طوباً و تمتعہ فیہا طویلا درب محمد و آل محمد و اجل فرجہم و سعادہ مخرج صلوات اعوذ باللہ من الشیطان الرجیم بسم اللہ الرحمن الرحیم صلوات الحمد للہ صلات و سلام على من كان نبيا وآدم بين الماء والتين صلوات دعا کردہ مالک کون و مکان میرے عزیز دی پر خلوص پھوڑی وچھائی خرچ خرجات نظر نیاز اپنی خصوصی بارگاہ وچ قبول فرما تو تمام عزت دار مومنین مومنات سادات غیر سادات دا دربار عالی اچ ٹورایا مالک منظور تے مقبول فرما کوئی مومن اس وقت تک موت نہ ویکھے جب تک او 14 دا زوار نہ بن جائے خزانے گئے بچو مالک ہر مومن دی مدد فرماوے علی ولی اللہ پڑھن والیاں نوں کسے دا محتاج نہ فرماوے ماشاءاللہ فصل دا مہینہ ہے کنکاں نوں ہاتھ لگے ہوئے اے جڑے تساں اتنے آ گئے ہو ای وڈی گل ہے جڑے آ گئے ہو کوئی تھوڑا تھوڑا میرے نال ہاں ہوں کریا ہے یوں کہ شاید پڑھ لوی نہ پڑھیے تو ہتو کا شاید لونی ہے دیونی کوئی نہیں سو فوٹو وچ آ گیا ساڈی حاضری ہو گئی تو سا بولنا ہے بولے سونا اچھا اچھی صلوات پڑھ دیو آل محمد آؤ ماشاءاللہ بہت سونا نام مصائب دے حوالے نال سید علی رضا شاہ صاحب تشریف رکھ دیں اسا کو تھوڑا گھنا اگے سفر کرنا ہے بس وقت میں اسے واسطے ڈائریکٹ قصیدہ پیو شروع کیا نہیں چلو وہ چلو شروع پیا میں کردا کلام حسین دہے شروع پیا میں کردا کلام حسین دہے
ਕਲਾਮ ਹੁਸੈਨ ਦਹਿ ਸ਼ੁਰੂ ਪਿਆ ਮੈਂ ਕਰਦਾ 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 ਕਲਾਮ ਹੁਸੈਨ ਦਹਿ ਜ਼ਹੂਰ ਹੋਇਆ ਤ੍ਰੈਕੂ ਇਮਾਮ ਹੁਸੈਨ ਦਹਿ ਸ਼ੁਰੂ ਪਿਆ ਮੈਂ ਕਰਦਾ ਮਿਹਰਬਾਨੀ ਜਨਾਬ 14 ਦੀ ਬਜ਼ਮ ਦੇ ਅੰਦਰ ਵੈਸੇ ਤਾਂ ਸਾਰੇ ਮੁਹੰਮਦ ਸਾਰੇ ਅਲੀ ਲਿਖਣ ਤੇ ਨਾਮ ਬੋਲਣ ਨਾਲ 14 ਦੇ ਵਿੱਚ 4 ਮੁਹੰਮਦ 4 ਅਲੀ 2 ਹਸਨ ਤੇ ਹੁਸੈਨ ਇੰਨੇ ਹੇਕੇ ਜਿਵੇਂ ਹੁਸੈਨ ਦੇ ਬਣਾਉਣ ਵਾਲਾ ਹੈ ਪਟਕੀਆ ਲਿਆ ਹਾਂ ਮੇਜਰ ਵੇਖ ਯਾਰ ਕੋ ਬੋਲੋ ਛੋਲੋ ਮੌਲਾ ਰੰਗ ਲਾਵੇ ਹੁਸੈਨ ਹੇਕੇ ਅੱਛਾ ਹੁਸੈਨ ਇਹਨਾਂ 14 ਵਿੱਚੋਂ ਬਸ ਇਹਨਾਂ ਨੂੰ ਛੋੜੋ ਪਰ ਛੋੜੋ ਤੁਸੀਂ ਮੇਰੇ ਵੇਖੋ 14 ਵਿੱਚੋਂ ਹੁਸੈਨ ਦੇ ਨਸੀਬ ਹੀ ਵੱਖਰੇ ਨੇ ਹੁਸੈਨ ਦੇ ਮਕਸੂਮ ਹੀ ਵੱਖਰੇ ਨੇ ਸ਼ਬੀਰ ਦਾ ਜ਼ਹੂਰ ਹੋਏ ਤਵਜੋ ਕਰੇ ਅਲੀ ਬਚੜੇ ਨੂੰ ਪਿਆਰ ਕੀਤਾ ਨਬੀ ਝੂਲਾ ਤਿਆਰ ਕੀਤਾ ਅਲੀ ਬਚੜੇ ਨੂੰ ਪਿਆਰ ਕੀਤਾ ਨਬੀ ਝੂਲਾ ਤਿਆਰ ਕੀਤਾ ਨਬੀ ਝੂਲਾ ਤਿਆਰ ਕੀਤਾ ਜ਼ਮਾਨਾ ਕਿਆ ਜਾਣੇ ਮਕਾਮ ਹੁਸੈਨ ਦਾ ਕੰਮ ਤੂੰ ਕੀਤੀ ਰੱਖ ਨਾਰੇ ਆਲਾ ਬੜੀ ਮਿਹਰਬਾਨੀ ਯਾਰ ਸ਼ੇਰ ਪੜੀਏ ਹੋ ਸਕਦਾ ਤੁਹਾਨੂੰ ਤਾਂ ਮੇਰੇ ਕਸੀਦੇ ਨੂੰ ਤਾਂ ਮਹਿਕ ਖਾ ਗਿਆ ਉਹ ਮਹਿਕ ਬਣੇ ਨੇ ਤੁਸੀਂ ਉਹਦੇ ਵੇਦੇ ਰਹੇ ਹੋ ਅੱਗੇ ਮੈਂ ਬੜੀ ਦੇਰ ਬੈਠਾ ਰਹੀ ਹਾਂ ਅੱਗੇ ਕਾਜ਼ੀ ਸਾਹਿਬ ਨੂੰ ਸੁਣਿਆ ਮੈਂ ਤੁਹਾਡੇ ਹੀ ਆਪਣੇ ਮਿਜ਼ਾਜ ਨੇ ਤੁਹਾਨੂੰ ਗਾਜ਼ੀ ਰੰਗ ਲਾਵੇ ਬਾਬਾ ਉਹ ਹੁਣ ਇਹ ਤਾਰਾਂ ਸ਼ਾਰਾਂ ਰੱਖ ਦੇ ਹੁਣ ਰੱਖ ਮੈਂ ਤਾਂ ਮੇਰੇ ਸ਼ੇਰ ਤੇ ਬੁਲੈਂਦੇ ਹੋ ਮੈਂ ਹਾਂ ਨਾਲ ਲਾਇਆ ਨਬੀ ਨੇ ਇਮਾਮ ਹੁਸੈਨ ਮੈਨੂੰ ਵੇਖੋ ਭਾਈ ਮੈਨੂੰ ਵੇਖ ਹਾਂ ਨਾਲ ਚੁੰਮਦਿਨ ਤੇ ਇਹੋ ਅਮਲ ਬੜੀ ਦੇਰ ਸੰਦੂਕੜੀ ਰੱਖ ਤੇ ਨਾਰਾ ਮਰਾਵੇਂ ਇਹ ਨਹੀਂ ਮਰੇ ਨੇ ਖੁਦਾ ਜਾਣਦੇ ਮੈਂ ਮਿਹਰਬਾਨੀ ਮੌਲਾ ਜ਼ਿੰਦਗੀ ਦਾ ਨਾਜ਼ ਫਰਮਾਵੀ ਬੜੀ ਦੇਰ ਹੁਸੈਨ ਨੂੰ ਚੁੰਮਦੇ ਰਹਿਣ ਨਬੀ ਨਾਲ ਬੈਠੀ ਆਈ ਉਮੁਲ ਮੁਸਲਮੀਨ ਹਜ਼ਰਤ ਐਸ਼ਾ ਐਸ਼ਾ ਹੈਰਾਨ ਹੋ ਗਈ ਉਸ ਆਖਿਆ ਅੱਲਾ ਦਾ ਨਬੀ ਇਹ ਕਿਆ ਹੈ ਫਰਮਾਇਆ ਕਿਆ ਹੈ ਬੱਚੇ ਤਾਂ ਪਹਿਲੇ ਹੀ ਆਉਂਦੇ ਰਹਿਣ ਇਤਨਾ ਪਿਆਰ ਜ਼ਮਾਨੇ ਤੋਂ ਬੇਨਿਆਜ਼ ਹੋ ਕੇ ਇਤਨੀ ਦੇਰ ਹੋ ਗਈ ਸਿਰਫ ਇਸ ਬੱਚੇ ਨੂੰ ਚੁੰਮ ਰਹੇ ਹੋ ਕਿਆ ਵਜ੍ਹਾ ਹੈ ਨਬੀ ਫਰਮਾਇਆ ਮੈਂ ਤਾਂ ਮੁਹੰਮਦ ਹਾਂ ਤੇਰੇ ਵਾਸਤੇ ਤੇ ਕਾਇਨਾਤ ਵਾਸਤੇ ਪੈਗਾਮ ਦੇ ਕੇ ਜਾ ਰਹੀਆਂ ਸਿਲਾ ਇੱਕ ਬੇਹਿਸਾਬ ਦੇਸਾ ਨਵੇਂ ਹੱਜ ਦਾ ਸਵਾਬ ਮਿਹਰਬਾਨੀ ਬੜੀ ਮਿਹਰਬਾਨੀ ਮੌਲਾ ਤੁਹਾਡਾ ਟੁਰਾਇਆ ਕਬੂਲ ਫਰਮਾਵੇ ਨਬੀ ਫਰਮਾਇਆ ਸਿਲਾ ਇੱਕ ਬੇਹਿਸਾਬ ਦੇਸਾ ਨਵੇਂ ਹੱਜ ਦਾ ਸਵਾਬ ਸਿਲਾ ਇੱਕ ਬੇਹਿਸਾਬ ਦੇਸਾ ਨਵੇਂ ਹੱਜ ਦਾ ਸਵਾਬ ਦੇਸਾ ਨਵੇਂ ਹੱਜ ਦਾ ਸਵਾਬ ਦੇਸਾ ਖੁਸ਼ੀ ਹੱਕ ਤੇ ਖਰਚਾ ਤਮਾਮ ਹੁਸੈਨ ਦਾ ਖੁਸ਼ੀ ਹੱਕ ਤੇ ਖਰਚਾ ਤਮਾਮ
حشر توڑی چلنا ہے تو عام حسین مہربانی مہربانی جناب بڑی مہربانی مولا توڑا ٹورایا قبول فرماوے با مزہ آ گیا ہے تو سر چلو ایک شیر اے انبیاء اولیاء بھی نہیں پا سکے گل تواڈی تے ساڈی نہیں گل نبیاں تے ولیاں انبیاء نبی اولیاء ولی نبیاں تے ولیاں دی گل ہے انبیاء اولیاء بھی نہیں پا سکے 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 کیا خبر تے دامن سب ہے کیا فاطمہ نہیں پا سکے کیا خبر تے دامن سب کیا فاطمہ جیڑی پنج تن دے سر تو وی اچھی ہووے جیڑی پنج تن دے سر تو وی اچھی ہووے بس اے دنیا تے تیڑی کسا فاطمہ مہربانی خدا جان دے مولا رنگ لاوے تانوں مولا تانوں ٹرایا قبول فرماوے ساڈا اے مقصد نہیں ہوندا بے سارے بولن دے بلے بلے ہووے گل اے بھی بندہ پڑھ داخل ہووے تو کچھ نہ کچھ دا سلا اجر تے ہونا چاہیدا ہے نا تاکہ پڑھن والے دا دل لاکھے تواڈی مہربانی ہے سارے بولے ہو میں دعا کردا شیر پیا پڑھدا میری سینڈ نو آکھیا گیا ہے الفاطمہ تو ام ابیہا فاطمہ اپنے باپ کی ماں ہے سنیا تو ساں این کرو این سنیا بولیندے نہیں یار فاطمہ اچھا ام ابیہا دا ترجمہ کردا میں شیر پڑھدا میری سین دی عزت تے شیر پڑھدا او بسم اللہ کرسی دے دی کرسی چا کے دورا بڑی مہربانی اللہ صحت والی چلو چلو مہربانی باوے اور آ گئے میں امے ابھی ہاں توجہ ہے شیر بے بردا کوئی کرے سیو کی ایندا سامنا کوئی کرے سیو کی ایندا سامنا اے محمد قدس دی رے آمنا پیار کی تصحبیب خدا کوئی میں پیار کی تجہبے بے خدا کوئی میں بن گئی اپنے بابے دیما فاطمہ بسم اللہ لالا سارے بولو بڑی مہربانی باو جی ساڈے اتنا پگھر لائی رکھن خدا جانے ایک بندہ ہی نہیں بولیا میں تے ڈردا اٹھیا بھی ادھا شعر پڑھ کے تے اہلی پن پر ماشاءاللہ سارے بول پین ایک لفظ ہے اون نا دے علیم مظہر العجائب تاجد ہو اون نل اچھا ہے تا
ਤਾਂ ਇਸ ਆਉਣ ਦਾ ਮਾਨਾ ਹੈ, ਲਫਜ਼ੀ ਮਾਨਾ ਹੈ ਆਉਣ ਦਾ ਮਦਦਗਾਰ, ਮਦਦ ਕਰਨ ਵਾਲੇ ਕੋ ਆਉਣ ਕਹਿੰਦੇ। ਮੇਰਾ ਮੌਜੂ ਹੈ ਸੈਣ ਸ਼ੇਰ ਪੜਦਾ, ਏ ਜ਼ਮੀਨਾ ਤੇ ਰਹਿਮਾਂ ਨਦੀ ਆਉਣ ਹੈ, ਏ ਜ਼ਮੀਨਾ ਤੇ ਰਹਿਮਾਂ ਨਦੀ ਆਉਣ ਹੈ, ਸਿਰਫ ਖਾਲਕ ਸਮਝਦਾ ਜੋ ਇਹ ਕੌਣ ਹੈ, ਜਿਹੜਾ ਨਬੀਆਂ ਦੀ ਮੁਸ਼ਕਿਲ ਟਲੇਂਦਾਰੀ ਹੈ, ਅਲੀ ਦੀ ਹੈ ਮੁਸ਼ਕਿਲ ਕੁਸ਼ਾ ਫਾਤਿਮਾ। ਮਿਹਰਬਾਨੀ, ਸਾਰੇ ਬੋਲੋ ਹੈਦਰੀ, ਵੱਡੀ ਮਿਹਰਬਾਨੀ, ਮਿਹਰਬਾਨੀ, ਬਿਸਮਿਲ੍ਲਾ। ਮੌਲਾ ਰੰਗ ਲਾਵੇ, ਅਜਾ ਤਾਂ ਅਸਾਂ ਹੱਦ ਰੱਖੀ ਹੋਈ ਹੈ ਜੰਗ, ਜੰਗ ਤੋਂ ਅੱਗਾਂ ਕੱਪਿਆ ਹੀ ਨਹੀਂ ਸੀ ਟੱਪਦੇ, ਇਹ ਕਾਜ਼ੀ ਦੀ ਵਜ੍ਹਾ ਤੋਂ ਅੱਗਾਂ ਆ ਗਏ ਹੈ, ਹੁਣ ਮੁੜ ਅਸਾਂ ਪਿੱਛੇ ਹਟ ਜਾਵਾਂ। ਚਲੋ ਸ਼ੁਕਰ ਹੈ ਤੁਸੀਂ ਬੋਲ ਪਏ ਹੋ, ਮੇਰਾ ਦਿਲ ਬਣ ਗਿਆ। ਇੱਕ ਲਫ਼ਜ਼ ਮੈਂ ਹੋਰ ਤੁਹਾਨੂੰ ਸੌਖਾ ਸੁਣਾਵਾਂ, ਲਫ਼ਜ਼ ਨੀਵਾਂ। ਕਿਆ ਲਫ਼ਜ਼? ਇਹਦਾ ਮਾਨਾ ਝਿੱਕਾ, ਝਿੱਕਾ ਪਰੂ ਚਾਵੇਂ ਪਰੂ ਨੀਵਾਂ ਹੀ, ਉਹ ਤੂੰ ਕੁਝ ਕਰ ਲੈ ਇਹ ਨੀਵਾਂ ਨਹੀਂ ਹੁੰਦਾ। ਨੀਵਾਂ ਮਾਨਾ ਬੋਲੋ ਯਾਰ, ਨੀਵਾਂ ਮਾਨਾ ਸ਼ੇਰ ਪੜਦਾ, ਸੈਯਦਾ ਦੀ ਕਰੀਮੀ ਦਾ ਇਜਾਜ਼ ਹੈ, ਸੈਯਦਾ ਦੇ ਕਰੇਮੇ ਦਾ ਇਜਾਜ਼ ਹੈ, ਬਾ ਵਫਾ ਦੇ ਅਲਮ ਵਿੱਚ ਇੱਕ ਰਾਜ਼ ਹੈ, ਉਂਦਾ ਪੰਜਾ ਵੀ ਨੀਵਾ ਨਹੀਂ ਹੁੰਦਾ ਕਦੀ, ਨਹੀਂ ਹੁੰਦਾ ਕਦੀ, ਕਰ ਛੁੜੇਂਦੀ ਹੈ ਜੈ ਤੂੰ ਦੁਆ ਫਾਤਿਮਾ। ਮਿਹਰਬਾਨੀ, ਜ਼ਿੰਦਗੀ ਹੋਵੇ ਦੁਆ ਹੈ ਕਿਬਲਾ, ਅੱਲਾ ਤੁਹਾਡੀ ਜ਼ਿੰਦਗੀ ਦੇ ਨਾਲ ਫਰਮਾਵੇ, ਹੁੰਦਾ ਪੰਜਾਬੀ ਨੀਵਾ ਨਹੀਂ ਹੁੰਦਾ ਕਦੀ, ਹੁੰਦਾ ਪੰਜਾਬੀ ਨੀਵਾ ਨਹੀਂ ਹੁੰਦਾ ਕਦੇ, ਕਰ ਛੋੜੇਂਦੀ ਹੈ ਜੈ ਤੂੰ ਦੁਆ ਫਾਤਿਮਾ, ਹੁੰਦਾ ਪੰਜਾਬੀ ਨੀਵਾ ਨਹੀਂ ਹੁੰਦਾ ਕਦੇ, ਬਾਰ ਧੀ ਆਵਿਆ ਸੌ ਬਾਰ ਬਾਬਾ ਉੱਠੀ ਵਿਆ, ਬਾਬਾ ਆਵਿਆ ਦਰਵਾਜ਼ੇ ਤੇਰਾ ਖੋਲਿਆ, ਖੜ ਕੇ ਪੁੱਛਿਆ ਜ਼ਹਰਾ ਇਜਾਜ਼ਤ ਹੈ ਅੰਦਰ ਲਗਾਵਾਂ, ਭਲਾ ਹੋ ਵੀ ਕਦਮਾਂ ਤੇ ਹੱਥ ਰੱਖ ਕੇ ਕਿਹਾ, ਉਹ ਬਾਬਾ ਉਹ ਕਹਿਣਾ ਉਹਦੇ ਚ ਅਸੂਲ ਤਾਂ ਏ, ਜੋ ਹਮੇਸ਼ਾ ਧੀਆਂ ਪਿਓਵਾਂ ਦਾ ਇਤਰਾਮ ਕਰਦੀਆਂ, ਬਾਬਾ ਜਦਾਂ ਹੀ ਆਉਂਦੇ ਹੋ ਤੁਸਾਂ ਖੜ ਕੇ ਪੁੱਛਦੇ ਹੋ ਕਿਆ ਵਜ੍ਹਾ ਹੈ, ਧੀ ਦੇ ਹੱਥ ਚੁੰਮ ਕੇ ਨਬੀ ਆਖਿਆ ਮਜਬੂਰੀ ਹੈ, ਅੱਲਾ ਦਾ ਹੁਕਮ ਹੁੰਦਾ ਹਬੀਬ ਰੁੱਖ ਪਹਿਲੇ ਮੇਰੀ ਕਨੀਜ਼ ਤੂੰ ਇਜਾਜ਼ਤ ਮੰਗ, ਔਰ ਰੋਵਾ ਲਾਲਾ ਮੈਨੂੰ ਗਾਜ਼ੀ ਦੀ ਕਸਮ, ਇਹ ਗੱਲਾਂ ਵੇਖ ਕੇ ਧੀ ਦੇ ਦਿਲ ਤੇ ਗੱਲ ਬਹਿ ਗਈ, ਬਾਬੇ ਦੇ ਬਾਪ ਦੀ ਜਦਾਂ ਜਿੱਥੇ ਵੈਸਾ ਮੇਰਾ ਇਹਤਰਾਮ ਹੋ ਸੀ, ਮੇਰੀ ਤਾਲੀਮਾਂ ਜਿਹੜੇ ਬੰਦੇ ਨਹੀਂ ਪੈ ਰੋਂਦੇ, ਬਾਬੇ ਦੇ ਟੁਰਨ ਦੀ ਦੇਰ ਆਈ ਵਹਿਣ ਪਿਆ ਕਰਦਾ, ਰਹੀ ਇਲਤਜਾ ਫਾਤਿਮਾ।
ਮੈਂ ਸਦਕੇ ਭਲਾ ਹੋ ਵੀ ਭਲਾ ਹੋ ਜੀ ਜੀ ਨਾ ਕਰਾਂ ਜ਼ਿੰਦਗੀ ਦਾ ਰਾਜ਼ ਹੋ ਵੀ ਬਾਦ ਬਾਬੇ ਜੀ ਸਜਣ ਬਿਲਕੁਲ ਮੈਂ ਛੋਟਾ ਜੀ ਹਾਂ ਬਾਬਾ ਜੀ ਬਿਲਕੁਲ ਛੋਟਾ ਇਹਨਾਂ ਬੱਚਿਆਂ ਜਿਹੜਾ ਸਾਡੇ ਬਾਰਗਾਹ ਵਿੱਚ ਮਲਿਕ ਆਸ਼ਿਕ ਹੁਸੈਨ ਖੋਖਰ ਤਵੱਜੋ ਮਲਿਕ ਅਲੀ ਰਜ਼ਾ ਦੇ ਵਾਲਿਦ ਹੁਸੈਨ ਦੀ ਸ਼ਹਾਦਤ ਖੜੇ ਪੜਦੇ ਹਨ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ ਵੇਖੋ ਇਹ 1982 ਦੀ ਗੱਲ ਹੈ 83 ਦੀ ਉਹ ਸ਼ਹਾਦਤ ਖੜੇ ਪੜਦੇ ਹਨ ਮੈਂ ਸਾਹਮਣੇ ਬੈਠਾ ਉਹਨਾਂ ਪੜਿਆ ਮੁਸਲਮਾਨੋ ਮੋਮਨੋ ਮੈਂ ਕਾਇਨਾਤ ਕੁਰਬਾਨ ਕਰ ਦੇਵਾਂ ਜ਼ਹਰਾ ਦੇ ਦਰਵਾਜ਼ੇ ਤੂੰ ਜਦਾਂ ਦੇ ਮੁਸਲਮਾਨ ਹਟਿਆ ਦੀਓ ਵਿਆਹ ਰਾਤੋਂ ਵਿਆਹ ਜਦਾਂ ਬਤੂਲ ਦੀ ਜੋੜੀ ਘਰ ਚ ਵਿਆਹ ਬੀਬੀ ਅੱਧਾ ਮੂੰਹ ਲੁਕਾ ਲੈਂਦੀ ਹੈ ਮੈਂ ਤੇ ਬੱਚਾ ਹਾਂ ਮੈਨੂੰ ਸਮਝ ਨਾ ਆਈ ਮੌਲਾ ਹੋਰ ਰੰਗ ਲਾਵੀ ਬਾਬਾ ਜੀ ਸਮਝ ਨਾ ਆਈ ਇਹ ਕਿਆ ਹੈ ਕਿਉਂ ਬੀਬੀ ਮੂੰਹ ਲੁਕੈਂਦੀ ਆਈ ਜਦਾਂ ਸਮਝ ਆਈ ਤਾਂ ਜ਼ਿੰਦਗੀ ਦਾ ਰੋਣ ਬਣ ਗਿਆ ਉਹ ਝੜ ਪਈ ਸੁਰਖ ਲੱਕਣੀ ਦੇ ਅੰਬਾਰ ਤੇ ਝੜ ਪਏ ਸੁਰਖ ਲੱਕਣੇ ਦੇ ਅੰਬਾਰ ਤੇ ਇੱਕ ਤਮਾਚਾ ਲਗਾਇਓ ਦੇ ਰੁਖਸਾਰ ਤੇ ਮੋਮਨੋ ਕਿਆ ਖਬਰ ਕੀ ਵੇ ਜੀਂਦੀ ਰਹੀ ਜ਼ਿੰਦਗੀ ਦਾ ਰੋਣ ਬਣ ਗਿਆ ਕਿਉਂ ਮੂੰਹ ਲੁਕੈਂਦੀ ਆਈ ਸੁਰਖ ਲੱਕੜੀ ਜੀਂਦੀ ਰਹੀ ਹੈ ਆਪਣੇ ਪੁੱਤਰਾਂ ਤੂੰ ਮੂੰਹ ਲੁਕਾ ਫਾਤਮਾ ਮੈਂ ਨਾ ਕਹਿ ਹਾਏ ਸੇ